ਉਲਮਾ ਨੇ ਲਿਖਿਆ ਪਹਿਲੀ ਨਜ਼ਰ ਜਦੋਂ ਪਵੇ ਨਾ ਖਾਨੇ ਕਾਬੇ ਤੇ ਬੰਦਾ ਜਿਹੜੀ ਦੁਆ ਕਰੇ ਅੱਲਾ ਕਬੂਲ ਕਰ ਲੈਂਦਾ। ਪਹਿਲੀ ਨਜ਼ਰ ਜਿਹੜੀ ਖਾਨੇ ਕਾਬੇ ਤੇ ਪਵੇ ਤੇ ਬੰਦਾ ਜਿਹੜੀ ਵੀ ਦੁਆ ਕਰੇ ਅੱਲਾ ਕਬੂਲ ਕਰ ਲੈਂਦਾ। ਹੁਣ ਬੰਦੇ ਮੈਂ ਦੇਖੇ ਨੇ, ਤੁਸੀਂ ਵੀ ਦੇਖੇ ਹੋਣੇ ਨੇ, ਦੋ ਦੋ ਘੰਟੇ ਰੋਂਦੇ ਵੇਖੇ ਨੇ, ਤਿੰਨ ਤਿੰਨ ਘੰਟੇ ਬੰਦੇ ਰੋਂਦੇ ਦੇਖੇ ਨੇ, ਚੀਖਾਂ ਮਾਰਦੇ ਬੰਦੇ ਦੇਖੇ ਨੇ। ਇੱਕ ਬਾਬੇ ਨੇ ਇਹ ਗੱਲ ਸੁਣੀ ਕਿ ਬੰਦੇ ਨੇ ਮੌਲਵੀ ਸਾਹਿਬ ਨੇ ਬਿਆਨ ਕੀਤਾ ਵੀ ਜਿਹੜੀ ਦੁਆ ਬੰਦਾ ਮੰਗੇ ਕਾਬੇ ਤੇ ਵੇਖ ਕੇ ਤੇ ਕਬੂਲ ਹੋ ਜਾਂਦੀ ਏ। ਬਾਬੇ ਨੇ ਉਹ ਤੇ ਹੱਥ ਚੁੱਕੇ, ਅੱਲਾ ਇੱਕ ਵਾਰੀ ਮੌਕਾ ਦੇ, ਮੈਂ ਕਾਬੇ ਆਵਾਂ, ਮੈਂ ਮੰਗਾ ਤੂੰ ਦੇਵੇਂ ਤੇ ਦੁਨੀਆਂ ਨੂੰ ਦੱਸਾਂ ਇੰਜ ਮੰਗੀਦਾ। ਕਬੂਲੀਅਤ ਦਾ ਟਾਈਮ ਸੀ, ਹੋ ਗਈ ਕਬੂਲ। ਬਾਬਾ ਟੁਰ ਗਿਆ ਕਾਬੇ, ਪਹਿਲੀ ਨਜ਼ਰ ਸਾਹਮਣੇ ਬੈਤੁੱਲਾ। ਬਾਬੇ ਨੇ ਘੰਟੇ ਦੀ ਦੁਆ ਨਹੀਂ ਮੰਗੀ, ਅੱਧੇ ਘੰਟੇ ਦੀ ਨਹੀਂ, ਪੰਜ ਮਿੰਟਾਂ ਦੀ ਨਹੀਂ, ਇੱਕ ਮਿੰਟ ਦੀ ਨਹੀਂ, ਅੱਧੇ ਮਿੰਟ ਦੀ ਵੀ ਨਹੀਂ, ਤਿੰਨ ਜੁਮਲੇ ਬੋਲੇ ਤੇ ਪਿੱਛੇ ਛੱਡਿਆ ਕੱਖ ਨਹੀਂ। ਮੈਂ ਦੱਸਾਂਗਾ ਜੇ ਤੁਸੀਂ ਸੁਬਾਨ ਲਾਖੋਗੇ ਤੇ ਤੁਹਾਨੂੰ ਉੱਥੇ ਇਨਸ਼ਾਅੱਲਾ ਮੈਂ ਯਾਦ ਆਵਾਂਗਾ। ਤਿੰਨ ਜੁਮਲੇ ਮੌਲਨਾ ਸਿੱਦੀਕੀ ਸਾਹਿਬ ਬਾਬੇ ਨੇ ਬੋਲੇ, ਤੁਹਾਨੂੰ ਪਤਾ ਬਾਬੇ, ਆਹਾ ਯਕੀਨ ਜਾਣੋ ਬਾਬੇ ਬਾਬੇ ਹੀ ਹੁੰਦੇ ਨੇ। ਜੇ ਬਾਬੇ ਠੀਕ ਰਹਿਣ ਨਾ, ਇਹਨਾਂ ਤੋਂ ਵੱਡਾ ਵਲੀ ਕੋਈ ਦੋ ਕੰਮ ਬਾਬੇ ਛੱਡ ਦੇਣ, ਘਰ ਵਿੱਚ ਨੌਵਾਂ ਨੂੰ ਤੰਗ ਨਾ ਕਰਨ, ਮਸਜਿਦ ਤੇ ਮੌਲਵੀ ਨੂੰ ਤੰਗ ਨਾ ਕਰਨ, ਬਸ ਇਹਨਾਂ ਤੋਂ ਬੜਾ ਕੁਤਬ ਕੋਈ। ਪਹੁੰਚਿਆ ਬਾਬਾ, ਜੋ ਹੀ ਕਾਬਾ ਨਜ਼ਰ ਆਇਆ, ਯਾ ਅੱਲਾ ਜਿੰਨੇ ਬੰਦੇ ਸੁਭਾਨ ਅੱਲਾ ਆਖਣ ਨਾ ਇਹਨਾਂ ਨੂੰ ਵੀ ਜਲਦੀ ਨਜ਼ਰ ਆ ਜਾ। ਜੋ ਹੀ ਕਾਬਾ ਨਜ਼ਰ ਆਇਆ ਨਾ, ਅਬੇ ਸਾਹਿਬ ਬਾਬੇ ਨੇ ਹੱਥ ਚੁੱਕੇ, ਹੋ ਸਕੇ ਯਾ ਅੱਲਾ ਜੋ ਵੀ ਮੰਗਾ, ਜਦੋਂ ਵੀ ਮੰਗਾ, ਜਿੱਥੇ ਮੰਗਾ, ਦਿੰਦਾ ਰਵੀ ਮੇਰੀ ਬਸ ਹੀ। ਕੋਈ ਸਮਝ ਆਈ ਹੈ ਕਿ ਨਹੀਂ ਆਈ? ਅੱਲਾ ਜੋ ਵੀ ਮੰਗਾ, ਜਿੱਥੇ ਵੀ ਮੰਗਾ ਤੇ ਜਦੋਂ ਹੀ ਮੰਗਾ, ਅਜਮਾਈਨ ਕਰ ਵਾਦਾ। ਇਮਾਨਦਾਰਾ ਦੱਸੋ ਜੀ, ਬਾਬੇ ਨੇ ਪਿੱਛੇ ਕੀ ਛੱਡਿਆ? ਇਹ ਐਵੇਂ ਬੜੇ ਸਿਆਣੇ ਹੁੰਦੇ ਨੇ ਬਾਬੇ ਤੋਂ ਪਹਿਲੀ ਨਜ਼ਰ ਕਾਬੇ ਤੇ ਪੈ। ਇਸ ਵਾਸਤੇ ਉਲਮਾ ਕਹਿੰਦੇ ਨੇ ਜਦੋਂ ਦਾਖਲ ਹੋ ਨਾ ਹਰਮ ਵੱਲ ਜਾਓ ਨਾ ਤੇ ਨਜ਼ਰਾਂ ਨੀਵੀਆਂ ਕਰਕੇ ਜਾਓ। ਵੈਸੇ ਜਿਹੜਾ ਬੰਦਾ ਨਜ਼ਰਾਂ ਨੀਵੀਆਂ ਕਰਕੇ ਰੱਬ ਦੇ ਬੂਹੇ ਤੇ ਆਵੇ ਨਾ, ਰੱਬ ਉਹਨੂੰ ਪਸੰਦ ਬੜਾ ਕਰ।